ਇਹ ਆਕਾਸ਼ਵਾਣੀ ਜੰਮੂ ਹੈ ਖਬਰਾਂ ਦੇ ਬੁਲੇਟਿਨ ਚ ਤੁੰਦਾ ਸਵਾਗਤ ਪਹਿਲੇ ਖਾਸ ਖਬਰਾਂ ਕਰਨੇ ਮੇਂ ਭਰਾ ਮਿਲਾ ਜੰਵਾਲ ਰਾਸ਼ਟਰਪਤੀ ਉਰੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਚਨੇਗੇ ਦੇ ਨਰਿੰਦਰ ਮੋਦੀ ਉਰੇ ਕੀ ਕੇਂਦਰ ਚ ਨਵੀਂ ਸਰਕਾਰ ਬਣਾਉਣ ਲਈ ਸੱਦਾ ਦਿੱਤਾ ਹੈ ਕੱਲ ਰਾਸ਼ਟਰਪਤੀ ਪਵਨ ਚ ਸ਼ਪਤ ਗ੍ਰਹਿਣ ਸਮਾਰੋ ਲਵਾਇਆ ਜਾਗ ਜੰਮੂ ਕਸ਼ਮੀਰ ਚ ਅਸੈਂਬਲੀ ਚੋਣਾਂ ਕਰਵਾਉਣ ਵਾਲੀ ਪੇਠਾ ਇੱਕ ਗੈਂ ਬਦਾਨ ਦੇ ਹੋਈ ਚੋਣ ਆਯੋਗ ਨੇ ਸਿਆਸੀ ਪਾਰਟੀਆਂ ਦੀ ਚੋਣ ਨਿਸ਼ਾਨ ਅਲਾਟ ਕਰਨ ਵਾਲੀ ਪ੍ਰਕਿਰਿਆ ਰੰਭ ਕਰ ਦਿੱਤੀ ਹੈ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਹੋਰੇ ਮਾਤਾ ਖੀਰ ਪਵਾਨੀ ਮੇਲੇ ਤੇ ਈਦ ਉਲ ਅਧਾ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਐਫ ਆਈ ਐਚ ਹਾਕੀ ਪ੍ਰੋ ਲੀਗ ਤਹਿਤ ਅੱਜ ਭਾਰਤ ਤੇ ਜਰਮਨੀ ਬਸ਼ਕਾਰ ਲੰਡਨ ਚ ਮੈਚ ਖੇਡਿਆ ਜਾਗ ਉਹਨਾਂ ਖਬਰਾਂ ਦੀ ਤਫਸੀਲ ਕਰਨਾ ਹੈ ਜਗਮੋਨ ਸ਼ਰਮਾ ਸ਼ੁਕਰੀਆ ਪ੍ਰੋਮਿਲਾ राष्ट्रपति द्रौपदी मुर्मूरे केंद्र चुनमी सरकार बनाने ले चुने गए थे प्रधानमंत्री नरेंद्र मोदी ओरेंगी सरकार बनाने दा सादा देता शपथ ग्रहण समारोह कल सन्या 7:30 बजे राष्ट्रपति भवन शिरोघ मोदी ओरें कल राष्ट्रपति होने ने राष्ट्रपति भवन च मराती कीती ही ते नमी सरकार बनाने दा दावा पेश कीता हा इससे पहले बीजेपी अध्यक्ष जेपी नड्डा उन दे नेतृत्व च एनडीए दे एक प्रतिनिधि मंडल ने भी राष्ट्रपति उन दे ने मुलाकात करीए एक चिट्ठी उन ने कि सौंपी हि जेदे चाख्या गेदा हा जे नरेंद्र मोदी ओरें बीजेपी संसदीय दल का नेता चुने गया एनडीए के भयल दलों की इस तरफा समर्थन आी चिट्ठी राष्ट्रपति होौंपिया गया मगरा राष्ट्रपति भवन के बार बोलते हु मोदी जे एनडीए एक मजबूत स्थिर ते विकास बखी अगड़े बदने आी सरकार बनाग उन्होंने आख्या राष्ट्रपति उ नामजद प्रधानमंत्री नियुक्त किया है उन्होंने की 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 सूचित कीता जे ओ एतवारें शामी होने शपथ ग्रहण समारोह ले ये बड़े सहज न राष्ट्रपति भवन जिच्चर बाकी तफसीली मुद्द पर कम करोग उच्चर उसी ਮંત્રી ਪਰਿਸ਼ਦ ਦੀ ਲਿਸਟ ਸੌਂਪ ਦਿੱਤੀ ਜਾਗ ਮੋਦੀ ਨੇ ਆਖਿਆ ਜਿ ਲੋਕਾਂ ਐਂਡੀਆ ਸਰਕਾਰ 'ਗੇ ਇੱਕ ਹੋਰ ਮੌਕਾ ਦਿੱਤਾ ਹੈ ਤੇ 18ਵੀਂ ਲੋਕ ਸਭਾ ਨਮੀ ਤੇ ਨੌਜਵਾਨ ਸ਼ਕਤੀ ਦਾ ਸਦਨ ਹੈ ਉਹਨੇ ਆਖਿਆ ਜੁੰਦੀ ਸਰਕਾਰ ਮੁਲਕਾ ਦੇ ਲੋਕਾਂ ਦੀਆਂ ਆਸਾਂ ਤੇ ਮੀਦਾਂ ਨੂੰ ਪੂਰਾ ਕਰੂਗਾ ਨਾਮਜ਼ਦ ਪ੍ਰਧਾਨ ਮੰਤਰੀਓ ਨੇ ਆਖਿਆ ਜੇ ਸਰਕਾਰ ਭਾਰਤ ਤੇ ਇਹਦੀ ਅਰਥਵਿਵਸਥਾ ਦੇ ਕੰਨੋ ਕੰਨੀ ਨੌਜਵਾਨੇ ਲਈ ਵੀ ਫਾਇਦੇਮੰਦ ਸਾਬਤ ਹੋਊ ਉਹਨੇ ਮੁਲਕਾ ਕੀ ਭਰੋਸਾ ਦਵਾਇਆ ਜੁੰਦੀ ਸਰਕਾਰ ਦੇ ਸਦਾ ਪੜੀ ਤੇਜ਼ ਰਫਤਾਰ ਕਨੇ ਵਿਕਾਸ ਕਰਨੇ ਚ ਕੋਈ ਕੋਰ ਕਸਰ ਨਹੀਂ ਛੋੜੋਗੇ ਇਹਦੇ ਸਹ ਪਹਿਲੇ ਰਾਸ਼ਟਰਪਤੀ ਭਵਨ ਨੇ ਇੱਕ ਸੋਸ਼ਲ ਮੀਡੀਆ ਪੋਸਟ ਚਾਕਿਆ ਜੇ ਰਾਸ਼ਟਰਪਤੀ ਮੋਰਮੂ ਹੋਰੇ ਸੰਵਿਧਾਨ ਦੇ ਤਾਰਾ 75 1 ਦੇ ਤਹਿਤ ਹਾਸਲ ਇਖਤਿਆਰਾਂ ਦਾ ਇਸਤੇਮਾਲ ਕਰਦੇ ਹੋਏ ਨਰਿੰਦਰ ਮੋਦੀ ਹੋਰਾਂ ਦੀ ਪ੍ਰਧਾਨ ਮੰਤਰੀ ਦੇ ਅਹੁਦੇ ਪਰ ਨਿਯੁਕਤ ਕੀਤਾ ਹੈ ਰਾਸ਼ਟਰਪਤੀ ਹੋਰੇ ਮੋਦੀ ਹੋਰਾਂ ਦੀ ਆਖ ਹੈ ਜੋ ਕੇਂਦਰੀ ਮੰਤਰੀ ਪਰਿਸ਼ਦ ਵਿੱਚ ਸ਼ਾਮਿਲ ਕੀਤੇ ਜਾਣੇ ਵਾਲੇ ਦੇ ਨਾਂ ਬਾਰੇ ਜਾਣਕਾਰੀ ਦੇਣ ਤੇ ਰਾਸ਼ਟਰਪਤੀ ਭਵਨ 'ਚ ਲੱਗਣ ਵਾਲੇ ਸ਼ਪਥ ਗ੍ਰਹਿਣ ਸਮਾਰੋਹ ਦੀ ਤਰੀਕ ਤੇ ਸਮੇਂ ਬਾਰੇ ਵੀ ਉਹਨੇ ਪੁੱਛਿਆ ਹੈ ਜੰਮੂ ਕਸ਼ਮੀਰ ਚ ਸਤੰਬਰ ਮਹੀਨੇ ਕੋਲਾ ਪਹਿਲੇ ਪਹਿਲੇ ਵਿਧਾਨ ਸਭਾ ਚੁਨਾਵ ਕਰਵਾਉਣ ਦੇ ਆਪਣੇ ਵਾਅਦੇ ਦੀ ਬੱਤੇ ਪਰ ਇੱਕ ਅਗੜੀ ਗੈਂਪੁੱਟ ਦੇ ਹੋਈ ਚੁਨਾਵ ਆਯੋਗ ਨੇ 91 ਅਨਿਸਮਾਨ ਚੁਨਾਵ ਨਿਸ਼ਾਨ ਮੰਗਣਿਆ ਲਈ ਸਿਆਸੀ ਪਾਰਟੀਆਂ ਕੋਲ ਤਰਖਾਸਤਾਂ ਲੈਣ ਦਾ ਫੈਸਲਾ ਕੀਤਾ ਹੈ ਸੁਪਰੀਮ ਕੋਰਟ ਨੇ ਪਿਛਲੇ ਬਰੇ ਦਸੰਬਰ ਮਹੀਨੇ ਚਿਤ ਨਿਰਵਾਚਨ ਦਲ ਕੀ ਨਿਰਦੇਸ਼ ਦਿੱਤਾ ਹ ਜੇ ਜੋ ਕਸ਼ਮੀਰ ਚ ਵਿਧਾਨ ਸਭਾ ਚੁਨਾਵ 30 ਸਤੰਬਰ ਕੋ ਲਾ ਪਹਿਲੇ ਪਹਿਲੇ ਕਰਵਾਏ ਜਾਣ ਇੱਕ ਪ੍ਰੈਸ ਵਿਗਿਆਪਨ ਚ ਭਾਰਤੀ ਚੁਨਾਵ ਆਯੋਗ ਨੇ ਆਖਿਆ ਜੇ ਜਿਸਲੇ ਮਾਨਤਾ ਹਸਲ ਰਾਸ਼ਟਰੀ ਤੇ ਰਾਜ ਸਤਰੀਏ ਪਾਰਟੀਆਂ ਨੇ ਆਪਣੇ ਰਿਜ਼ਰਵ ਚੁਨਾਵ ਨਿਸ਼ਾਨ ਉਨ ਦਿਨ ਉਸ ਸੂਰਤਾ ਚ ਪੰਜੀਕ੍ਰਿਤ ਗੈਰ ਮਾਨਤਾ ਹਸਲ ਪਾਰਟੀਆਂ ਕੀ ਸਾਂਝੇ ਚੁਨਾਵ ਨਿਸ਼ਾਨ ਲਈ ਆਪਣੇ ਮੇਦਵਾਰ ਕੀ ਚੁਨਾਵ ਮદાન ਚ ਦੁਆਰ ਨੇ ਲਈ ਤਰਖਾਸਤੇ ਨਿਪੁੰਤਿਗੇ ਲੋਕ ਸਭਾ ਚੋਣਾਂ ਚ ਜੰਮੂ ਕਸ਼ਮੀਰ ਚ ਲੋਕਾਂ ਦੇ ਬੜੀ ਚੜ੍ਹੀਏ ਮਤਦਾਨ ਤੇ ਸਾਲ ਲੈਣੇ ਕਰਨੇ ਬੜੇ ਮਤੇ ਉਤਸ਼ਾਹਤ ਮੁਖ ਚੁਨਾ ਉਯੁਕਤ ਰਾਜੀਵ ਕੁਮਾਰ ਨੇ ਆਖਿਆ ਕਿ ਜੰਮੂ ਕਸ਼ਮੀਰ ਚ ਵਿਧਾਨ ਸਭਾ ਚੋਣਾਂ ਕਰਵਾਉਣ ਦੀ ਪ੍ਰਕਿਰਿਆ ਤਾਲੇ ਸ਼ੁਰੂ ਕੀਤੀ ਜਾ ਮੁਖ ਸਚਿਵ ਅਟਲ ਡੁੱਲੂਰੇ ਕੱਲ ਜੰਮੂ ਚ ਤਵੀ ਰਿਵਰ ਫਰੰਟ ਤੇ ਮਸਨੂਈ ਝੀਲ ਵਿਕਾਸ ਪ੍ਰੋਜਨਾ ਪਰ ਚਲਾ ਦੇ ਕਮੇਤਾ ਜੈਸਾ ਲਤਾ ਮੀਟਿੰਗ ਦੌਰਾਨ ਮੁਖ ਸਚਿਵ ਨੇ ਜੰਮੂ ਦਾ ਸ਼ਲਾਪਾ ਬਦਾਨ ਦੇ ਮਕਸਦ ਕਰਨੇ ਸ਼ੁਰੂ ਕੀਤੀ ਕਿ ਇਸ ਪ੍ਰੋਜਨਾ ਕੀ ਲੇਸ਼ਰ ਮੁਕੰਮਲ ਕਰਨ ਲਈ ਪਾਕਬਾਕੂ ਵਿਭਾਗ ਇਹ ਵਿਚਾਰ ਨਿਰਮਾਣ ਤਾਲਮੇਲ ਤੇ ਨੇੜੇ ਥਮਾ ਨਿਗਰਾਨੀ ਦੀ ਮੱਤ ਆ ਪਰ ਜ਼ੋਰ ਪਾਇਆ ਇਸ ਪ੍ਰੋਜੈਕਟਾ ਪਰ ਅੰਦਾਜ਼ਨ 191 ਕਰੋੜ 15 ਲੱਖ ਰੁਪਏ ਦਾ ਖਰਚਾ ਆਉ ਹਤੇ ਇਸ ਬਰੇ ਸਤੰਬਰ ਮਹੀਨੇ ਇਹਦਾ ਨਿਰਮਾਣ ਕੰਮ ਸਪੂਰਾ ਹੋਣੇ ਦੀ ਉਮੀਦ ਹੈ ਮੀਟਿੰਗ ਦੌਰਾਨ ਪਰਯੋਜਨਾ ਤਹਿਤ ਕੀਤੇ ਜਾ ਰਹੇ ਕੰਮੇ ਕਾਜੇ ਜੀਆਂ ਜਲ ਦਵਾਰ ਲਾਣੇ ਤੇ ਆਸਲ ਜਿਮੀ ਦੀ ਰਿਹਾਇਸ਼ ਬੰਦ ਵਪਾਰ ਤੇ ਮਨੋਰੰਜਨ ਆਸਤੇ ਇਸਤੇਮਾਲ ਕਰਨ ਵਾਲੇ ਗੱਲ ਕੱਤ ਕੀਤੀ ਗਈ ਸਾਂਬਾ ਜ਼ਿਲ੍ਹੇ ਦੇ ਰੀਗਲ ਇਲਾਕੇ ਚ ਅੰਤਰਰਾਸ਼ਟਰੀ ਬੰਨੇ ਕਾਸ਼ ਗੋਲੀ ਚੱਲਣੇ ਦੀ ਇੱਕ ਘਟਨਾ ਚ ਇੱਕ ਸ਼ਰਮਕ ਦੀ ਮੌਤ ਹੋਈ ਗਈ ਹੈ ਆਕਾਸ਼ਵਾਣੀ ਦੇ ਜ਼ਿਲ੍ਹਾ ਸੰਵਾਦਦਾਤਾ ਸਤਪਾਲ ਸ਼ਰਮਾ ਨੇ ਐਸਐਸਪੀ ਸਾਂਬਾ ਵਿਨੇ ਸ਼ਰਮਾ ਨੇ ਦਿਵਾਲੇ ਕਨੇ ਖਬਰ ਦਿੱਤੀ ਹੈ ਜੋ ਮਾਰੇ ਗਏ ਦੇ ਆਦਮੀ ਦੀ ਪਛਾਣ 28 ਵਰ ਦੇ ਵਾਸੂਦੇਵ ਦੇ ਤੌਰਾ ਪਰ ਕੀਤੀ ਗਈ ਹੈ ਜਿਹੜਾ ਅਖਨੂਰ ਦਾ ਬਸਨੀਖਾ ਇਸ ਘਟਨਾ ਦੇ ਤੁਰਤ ਮਗਰਾ ਐਸਐਸਪੀ ਸੰਬਾਧ ਤੇ ਬੀਐਸਐਫ ਦੇ ਸੀਨੀਅਰ ਅਫਸਰ ਉੱਥੇ ਪੁੱਜੀਏ ਮਾਮਲੇ ਦੀ ਜਾਂਚ ਕੀਤੀ ਜਾਰ ਦੀ ਹੈ ਤੇ ਹੋਰ ਬਿਉਰੇ ਕੀ ਬਲਕਿ ਆ ਜਾ ਕਰਦਾ ਹੈ ਈਦੁਲ ਅਜ਼ਾਹ ਜਿਸੇ ਵੱਡੀ ਈਦ ਜਾਂ ਬਕਰੀਦ ਵੀ ਆਖਿਆ ਜਾਂਦਾ ਹੈ ਪੂਰੇ ਜੰਮੂ ਕਸ਼ਮੀਰ ਜਿਸਮੀ ਨੇ ਦੀ 17 ਤਰੀਕ ਕੀ ਮਨਾਈ ਜਾ ਜੰਮੂ ਕਸ਼ਮੀਰ ਦੇ ਗ੍ਰੈਂਡ ਮੁਫਤੀ ਮੁਫਤੀ ਨਸੀਰੁਲ ਇਸਲਾਮ ਫਾਰੂਕੀਨ ਦੇ ਵਾਲੇ ਕਨੇ ਖਬਰ ਮੁجب ਤੇ ਇਸਲਾਮੀ ਕੈਲੰਡਰ ਦੇ ਖੀਰਲੇ ਮਹੀਨੇ ਦਾ ਪਹਿਲਾ ਚੰਨ ਕੱਲ ਦੇਖਿਆ ਗਿਆ ਇਸ ਕਰਕੇ ਈਦ 17 ਤਰੀਕ ਦੀ ਮਨਾਈ ਜਾਗ ਇਹ ਖਬਰਾਂ ਤੁਸ ਆਕਾਸ਼ਵਾਣੀ ਜੰਮੂ ਪਰ ਸੁਣਾਦਿਓ ਬਾਕੀ ਦੀਆਂ ਖਬਰਾਂ ਕਰਨੇ ਪ੍ਰੋਮਲਾ ਜੰਵਾਲ ਲੈਫਟੀਨੈਂਟ ਗਵਰਨਰ ਮਨੋਤ ਸਿੰਘ ਹਾਰੇ ਕੱਲ ਇੱਕ ਉੱਚੀ ਸਤਾ ਦੀ ਮੀਟਿੰਗ ਦੀ ਅਧਿਕਸ਼ਤਾ ਕੀਤੀ ਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਬਖਬਖ ਵਿਭਾਗੀ ਆਸਿਆ ਸਾਲਾਨਾ ਮਾਤਾ ਖੀਰ ਪਵਨੀ ਮੇਲੇ ਤੇ Eid ul Adha ਲਈ ਕੀਤੀ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਂਤਾ ਲੈਫਟਨੈਂਟ ਗਵਰਨਰ ਹੋਣੇ ਡਿਪਟੀ ਕਮਿਸ਼ਨਰ ਤੇ ਪੁਲਿਸ ਵਿਭਾਗ ਦੇ SSPs ਦੀ ਤਾਕੀਦ ਕੀਤੀ ਜੇ ਉਹ ਨਿਜੀ ਤੌਰ ਪਰ ਮਤਵੇ ਵਾਲੀ ਧਾਰਮਿਕ ਥਾਂ ਦੇ ਦੌਰਾਕਰਨ ਤੇ ਆਵਰ ਦੇ ਪਵਿੱਤਰ ਆਯੋਜਨੇ ਦੀ ਬੇਤੱਟੰਗੈਸਰ ਅਮਨ ਸ਼ਾਂਤੀ ਕੰਨੇ ਤੋੜ ਚਾੜਨੇ ਲਈ ਕੋਈ ਕਸਰ ਬਾਕੀ ਨਹੀਂ ਰੱਖਣ ਸੰਘ ਸ਼ਾਸਿਤ ਪ੍ਰਸ਼ਾਸਨ ਨੇ ਬੁੰਜਾ ਦਿਨ ਚੱਲਣ ਵਾਲੀ ਸਾਲਾਨਾ ਅਮਨਤ ਯਾਤਰਾ ਲਈ ਜਿਹੜੀ ਇਸਮੀ ਨੇ ਦੀ 29 ਤਰੀਕ ਐ ਤੁਮਾ ਸ਼ੁਰੂਆਤ ਦੀ ਐ ਜੰਮੂ ਚ ਭਗਵਤੀ ਨਗਰ ਵਾਲੇ ਆਧਾਰ ਸ਼ਿਵਿਰ ਚ ਚਲਾਣ ਦੀਆਂ ਤਿਆਰੀਆਂ ਕੀ ਮੁਕੰਮਲ ਕਰਨ ਲਈ 20 ਜੂਨ ਤੱਕ ਕਰਦੀ ਸਮੇਂ ਸੀਮਾ ਤੈ ਕੀਤੀ ਐ ਡਿਵੀਜ਼ਨਲ ਕਮਿਸ਼ਨਰ ਜੰਮੂ ਰਮੇਸ਼ ਕੁਮਾਰ ਤੇ ਅਧਿਰਕ ਡੀਜੀਪੀ ਆਨੰਦ ਜੈਨੂਰੇ ਕੱਲ ਆਧਾਰ ਸ਼ਿਵਿਰ ਦਾ ਦੌਰਾ ਲਾਇਆ ਤੇ ਚਲੜ ਦੇ ਕੰਮੇ ਕਾ ਜਾਂਚ ਜਲਿਆਤਾ ਡਿਵੀਜ਼ਨਲ ਕਮਿਸ਼ਨਰੋ ਨੇ ਅਧਿਕਾਰੀਆਂ ਕੀ 2 ਜੂਨ ਤੱਕ ਮਰੰਮਤੀ ਤੇ ਦੂਗੇ ਨਿਰਮਾਣ ਅਲੇ ਕੰਮੇ ਕੀ ਮੁਕੰਮਲ ਕਰਨੇ ਦੇ ਨਿਰਦੇਸ਼ ਦਿੱਤੇ। ਲੈਫਟੀਨੈਂਟ ਗਵਰਨਰ ਹੋਰ ਇਨ ਡਿਵੀਜ਼ਨਲ ਕਮਿਸ਼ਨਰ ਤੇ ਰਾਹਤ ਕਮਿਸ਼ਨਰਿੰਗ ਦੀ ਆਪਣੀ ਚੇ ਤਾਲਮੇਲ ਬਣਾਈਏ ਕੰਮ ਕਰਨ ਲਈ ਆਖਿਆ ਤਾਂ ਜੇ ਮਾਤਾ ਖੀਰ ਪਵਾਨੀ ਮੇਲ ਲੈ ਆਉਣੇ ਵਾਲੇ ਸ਼ਦਾਲੂਆਂ ਦੀ ਸਭੇ ਸੁਬਦਾਂ ਦਿੱਤੀਆਂ ਜਾਈ ਸਕਣ ਉਹਨੇ ਡਿਪਟੀ ਕਮਿਸ਼ਨਰ ਦੀ ਮੌਕੇ ਪਰ ਜਾਈਏ ਸੂਲ ਤਿੰਦਾ ਜਾਇਜ਼ਾ ਲੈਣ ਦੇ ਨਿਰਦੇਸ਼ ਵੀ ਦਿੱਤੇ ਉਹਨੇ ਅਫਸਰਾਂ ਦੀ ਇਹ ਵੀ ਨਿਰਦੇਸ਼ ਦਿੱਤੇ ਜੇ ਮੌਸਮ ਖਰਾਬ ਹੋਣ ਦੀ ਸੂਰਤੀ ਚ ਪਹਿਲੇ ਥਮਾ ਨਈ ਇੰਤਜ਼ਾਮ ਕਰੀ ਰੱਖਣ ਜੇ ਸ਼ਦਾਲੂਆਂ ਦੀ ਕੋਈ ਔਖ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇ ਮੁੱਖ ਸਚਿਵਟਲ ਟੁੱਲੂ ਡੀਜੀਪੀ ਆਰ ਆਰ ਸਵੈਨ ਡਿਵੀਜ਼ਨਲ ਕਮਿਸ਼ਨਰਾਂ ਡਿਪਟੀ ਕਮਿਸ਼ਨਰਾਂ ਤੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਸੀਨੀਅਰ ਅਫਸਰ ਵੀ ਇਸ ਮੌਕੇ ਮੀਟਿੰਗ 'ਚ ਮੌਜੂਦ ਹੈ ਰਿਜ਼ਰਵ ਬੈਂਕ ਨੇ ਧਮਾਸੀ ਮੁਦਰਾ ਨੀਤੀ ਸਮੀਖਿਆ 'ਚ ਰੇਪੋ ਦਰ 6.5% 'ਤੇ ਗੈਰ ਰੱਖਣ ਦਾ ਫੈਸਲਾ ਕੀਤਾ ਹੈ ਬੈਠਕ ਚ ਲਹਿਤੇ ਗਏ ਫੈਸਲੇ ਦੀ ਕੋਸ਼ਨਾ ਕਰਦੇ ਹੋਈ ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਨੇ ਆਖਿਆ ਜੇ ਮੁਦਰਾ ਸਫੀਤੀ ਤੇ ਆਰਥਿਕ ਵਾਧੇ ਦਾ ਵਿਕਾਸ ਦਾ ਸੰਤੁਲਨ ਮਾਕੂਲ ਰਿਹਾ ਹੈ उने मुद्रा नीति समिति सामान्य मानसून की संभावना काद्य मुद्रा स्फीति पर नजर बनाई रखोग रिजर्व बैंक ने इस माली बरे लिए आर्थिक विकास दर का अंदाजा सत्त प्रतिशत थ है, सत्त अशारिया दो प्रतिशत करी दिता है। ਲਖਨਪੁਰ ਕੋਲਾ ਲਈ ਹੈ ਜੰਮੂ ਤੋਂ ਡੀ ਰਾਸ਼ਟਰੀ ਜਨਰਲੀ ਸੜਕ 'ਤੇ ਗੱਡੀਆਂ ਦੀ ਆਉਜਾਈ ਬਵਸਥਿਤ ਤੇ ਸੁਚਾਰੂ ਬਣਾਉਣੇ ਤੇ ਸੜਕ ਆਤਸਿੰਦ ਦੀ ਦਰਗੀ ਕੱਟ ਕਰਨਾ ਯਕੀਨੀ ਬਣਾਉਣੇ ਲਈ ਰਾਸ਼ਟਰੀ ਜਨਰਲੀ ਸੜਕ ਸਰਬੰਦੀ ਭਾਰਤੀ ਪ੍ਰਾਧਿਕਰਨ ਨੇ ਸੜਕਾਂ ਗੀ ਚੇੜਾ ਕਰਨੇ ਨਵੇਂ ਫਲਾਈਓਵਰ ਬਣਾਉਣੇ ਤੇ ਕਈਏ ਥਾਰੇ ਸੜਕਾਂ 'ਇਠਾ ਲੰਘਣੇ ਵਾਲੇ ਰਸਤੇ ਬਣਾਉਣੇ ਦਾ ਕੰਮ ਸ਼ੁਰੂ ਕੀਤੇ ਦਾ ਹੈ ਕਈ ਨਈਆਂ ਏਜੰਸੀਆਂ ਤਾਨਾ ਜਿੱਥੇ ਸੜਕ ਆਜ ਸਿੰਦੀ ਸ਼ੰਕਮਤੀ ਬਣੀਦੀ ਰਹਦੀ ਹੈ ਉੰਦਾ ਇਹਨੇ ਨਿਰਮਾਣ ਤੇ ਵਿਸਾਰਦੀ ਕੰਮੇ ਚ ਮਤਾ ਧਿਆਨ ਰੱਖਿਆ ਜਾਂਦਾ ਹੈ ਆਕਾਸ਼ਵਾਨੀ ਦੇ ਜ਼ਿਲ੍ਹਾ ਸੰਬਾਧਤਾ प्रदीप ਸ਼ਰਮਾ ਕਨੇ ਗੱਲ ਕਰਦੀ ਹੋਈ ਇਹ ਜਾਣਕਾਰੀ ਦਿਹਾਰ ਦਿਨ ਡੀਸੀ ਕਠੂਆ नेशनल हाईवे का काम भी बिल्कुल जोर शोर से वहाँ पे चल रहा है अलग अलग स्पॉट की डिफरेंट टाइम लाइन है उस काम को खत्म करके जितने यहाँ पे ऐसे ब्लैक स्पॉट है जो एक्सीडेंट का कारण बनते हैं डिफरेंट रास्ते दोनों के हो जाएंगे हेवी ट्रैफिक हमारा जो है फ्लाईओवर के ऊपर से जाएगा और छोटे वाहन वो नीचे के रास्ते जाएंगे तो उसमें भी एक्सीडेंट का रेट भी कम होगा लोगों को बहुत सुविधा भी मिलेगी एक मकामी बसनीक रविंदर शर्मा कि लखनपुर में बाईपास पे उन्होंने काम लगाया कि जो एक्सीडेंट का ग्राफ काम हो और जो अमरनाथ यात्री आ रहे हैं बाहर से उनका भी एक सीधा रूट हो मन जाए तो अभी मैं देख रहा हूँ नेशनल हाईवे ने काफी अच्छे काम कर रही है तो मैं इसके लिए सरकार का शुक्रिया अदा करता हूँ FIH हॉकी प्रो लीग 8 ਅੱਜ ਭਾਰਤ ਤੇ ਜਰਮਨੀ ਵਿਚਕਾਰ ਲੰਡਨ ਚ ਮੈਚ ਖੇਡਿਆ ਜਾਗ। ਇਹਦੇ ਸਭ ਪਹਿਲੇ ਉਹਦੇ ਮੈਚ ਵਿਚ ਭਾਰਤ ਨੇ ਜਰਮਨੀ ਕੀ 3-0 ਕਰ ਨਰਾਇਆ। ਕੱਲ੍ਹ ਭਾਰਤ ਦਾ ਮੈਚ ਮੇਜ਼ਬਾਨ ਬ੍ਰਿਟਨ ਕਰਨੇ ਲੱਗੂ। ਭਾਰਤੀ ਮਰਦਾਂ ਦੀ ਟੀਮ 14ਵੇਂ ਮੈਚਾਂ ਚ 24 ਪੁਆਇੰਟ ਕਠੇਰੀ ਹੈ। ਚੌਥੇ ਪੈਦਾਨ ਪਰ ਹੈ। ਅਰਜنٹინა ਅੰਕ ਤਾਲਕਾ ਚ 29 ਪੁਆਇੰਟਿੰਗ ਕਰਨ ਸਭਨੇਸ਼ਾ ਉੱਪਰ ਹੈ। ਨੀਦਰਲੈਂਡਸ ਦੇ 26 ਪੁਆਇੰਟ ਨਤੇ ਉਹਦੂ ਹੀ ਥਾਰੇ ਪਰ ਹੈ। अखीर खास खास खबरें खा है राष्ट्रपति द्रौपदी मुर्मू ने प्रधानमंत्री होधानमंत्री नेहद ग नरेंद्र मोदी और केंद्र च नमी सरकार बनाने है कल राष्ट्रपति भवन च शपथ ग्रहण समारोह जा जम्मू कश्मीर च करवाने चुना ले पेठा एक बधाते हुए चुनाव आयोग ने सियासी पार्टियों की चुनाव निशान अलॉट करने वाली प्रक्रिया आरंभ कर देती है लिट गवर्नर मनोज सिन्हा हो माता खीर भवानी मेले ते ईद उल अजहा दिए तैयारियों का जायजा लिया एफआईए चौकी प्रो ली ਕੱਤ ਤ ਅੱਜ ਭਾਰਤ ਤੇ ਜਰਮਨੀ ਵਿਚਕਾਰ ਮੁਕਾਬਲਾ ਹੋਗੋ ਇਦੇ ਕਨੇਗੇ ਖਬਰਿੰਦਾਏ ਬੁਲੇਟਿਨ ਸਮਾਪਤ ਹੋਆ